ਆ ਐਕਸੀਡੈਂਟ ਆ ਜਿਹੜਾ, ਇਹ ਐਕਸੀਡੈਂਟ ਜ਼ਿੰਦਗੀ 'ਚ ਪਹਿਲੀ ਵਾਰੀ ਦੇਖਿਆ। ਤੁਸੀਂ ਹਿਸਾਬ ਲਾ ਲਓ, ਕਣਕ ਦਾ ਭਰਿਆ ਹੋਇਆ ਟਰਾਲੀ ਪਾਈ ਹੋਈ ਦੀ ਇਹਦੇ ਪਿੱਛੇ। ਆਹ ਦੇਖੋ MP ਕਣਕ ਆ ਜਿਹੜੀ, ਦੇਖੋ ਬ੍ਰੇਕਾਂ ਦਾ ਡਰੰਮ ਕਿੱਥੇ ਮੋੜ ਕੇ ਕਿੱਧਰ ਲਾ ਕੇ ਵਿੱਚ ਦੇ ਸਾਰਾ ਭੰਨ ਦਾ ਕਰਾਉਣ ਕਰੂਨ ਸਭ ਭੰਨ ਕੇ ਇੱਕ ਚੱਕਾ ਤਾਂ ਮੰਨ ਲਓ ਬਾਹਰ ਨਿਕਲ ਗਿਆ, ਨਿਕਲਿਆ ਨਾ ਟਰੇਨ ਟੁੱਟੇ ਨਾ ਹੱਬ ਟੁੱਟੀ ਆ, ਰਿੰਮੇ ਪਾ ਫਟ ਗਿਆ। ਐਕਸਲ ਜਿਹੜਾ ਕਰਾਉਨ, ਇੱਕ ਟਾਇਰ ਦਾ ਕਰਾਉਨ ਗਰਾਰੀ ਹੁੰਦੀ ਆ, ਉਹ ਵੀ ਬਾਹਰ ਕੱਢ ਕੇ ਸਿੱਟਦੀ। ਟਾਇਰ ਦਾ ਤਾਂ ਪਾਸਾ ਹੀ ਘੁਮਾ ਕੇ ਸਿੱਟਦਾ ਇਹਦਾ ਤਾਂ। ਹੈਂ ਟਰਾਲੀ ਬਾਈ ਵਿੰਗੀ ਕਰੀ ਪਈ ਆ ਇਹ, ਜ਼ਿਆਦਾ ਇਹ ਆਹ ਸਾਈਡ 'ਤੇ ਗਿਆ, ਪਰ ਉੱਪਰ ਕਣਕ ਉੱਧਰ ਰੁੱਲੀ ਹੋਈ ਆ। ਹੈਂ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ। ਲਓ ਜੀ ਬਾਈ ਦੇਖੋ ਇੱਧਰ, ਮਹਿੰਦਰਾ 395 DI ਟਰਬੋ ਦਾ ਐਕਸੀਡੈਂਟ ਹੋਇਆ ਬੜੇ ਰੋਡ ਦੇ ਉੱਤੇ। ਵੀ ਐਕਸੀਡੈਂਟ ਵੀ ਬਾਈ ਇਹੋ ਜਿਹਾ ਹੋਇਆ, ਮੈਂ ਇਹੋ ਜਿਹਾ ਜ਼ਿੰਦਗੀ 'ਚ ਕਦੇ ਐਕਸੀਡੈਂਟ ਨਹੀਂ ਦੇਖਿਆ। ਚੀਜ਼ਾਂ ਪੁੱਟੀਆਂ ਵਿੰਗੀਆਂ ਟੇਢੀਆਂ ਹੋਈਆਂ ਬਹੁਤ ਦੇਖੀਆਂ, ਟਰੱਕਾਂ ਟਰੁੱਕਾਂ ਦੇ ਹੋਰ ਵੀ। ਵੀ ਆਹ ਐਕਸੀਡੈਂਟ ਆ ਜਿਹੜਾ, ਇਹ ਐਕਸੀਡੈਂਟ ਜ਼ਿੰਦਗੀ 'ਚ ਪਹਿਲੀ ਵਾਰੀ ਦੇਖਿਆ। ਤੁਸੀਂ ਹਿਸਾਬ ਲਾ ਲਓ, ਕਣਕ ਦਾ ਭਰਿਆ ਹੋਇਆ ਟਰਾਲੀ ਪਾਈ ਹੋਈ ਦੀ ਇਹਦੇ ਪਿੱਛੇ। ਆਹ ਦੇਖੋ MP ਕਣਕ ਆ ਜਿਹੜੀ, ਸਾਰੀ ਕਣਕੇ ਕਣਕ ਖਣੀ ਪਈ ਆ। ਉਹ ਪਈ ਹੈ ਇਹਦੀ ਟਰਾਲੀ ਟਰੈਕਟਰ ਦੀ, ਜਿਹੜੀ ਦੇ ਮਗਰ ਪਾਈ ਹੋਈ ਸੀ, ਉਹ ਵੀ ਬਾਈ ਗਲੋਟ ਨਹੀਂ ਖਾ ਕੇ ਕਿੰਨੀ ਗਾਹਾਂ ਚੱਲ ਗਈ ਨਿਕਲ ਕੇ ਟਰੈਕਟਰ 'ਚੋਂ। ਚਲੋ ਹੁਣ ਤੁਹਾਨੂੰ ਟਰੈਕਟਰ ਦਾ ਨੁਕਸਾਨ ਦਿਖਾਉਣਾ, ਪਹਿਲਾਂ ਤਾਂ ਐਂ ਦੇਖ ਲਓ ਵੀ ਇਹਦੀ ਹਾਂਡੀ ਆ ਜਿਹੜੀ ਪਿੱਛੇ ਵਾਲੀ ਹਾਂਡੀ ਪਾੜ ਕੇ, ਆਹ ਦੇਖੋ ਬ੍ਰੇਕਾਂ ਦਾ ਡਰੰਮ ਕਿੱਥੇ ਮੋੜ ਕੇ ਕਿੱਧਰ ਲਾ ਕੇ ਵਿੱਚ ਦੇ ਸਾਰਾ ਭੰਨ ਦਾ ਕਰਾਉਨ ਕਰੂਨ ਸਭ ਭੰਨ ਕੇ ਇੱਕ ਚੱਕਾ ਤਾਂ ਮੰਨ ਲਓ ਬਾਹਰ ਨਿਕਲ ਗਿਆ, ਇੱਕ ਐਕਸਲ ਤਾਂ ਬਾਹਰ ਪਿਆ। ਆਹ ਦੇਖੋ ਵੀ ਇੰਨੇ ਜ਼ੋਰ ਦਾ ਟਰੈਕਟਰ ਵੱਜਿਆ ਹੋਇਆ ਨਾ, ਇਹ ਮੈਂ ਨਹੀਂ ਬਾਈ ਇਹੋ ਜਿਹਾ ਐਕਸੀਡੈਂਟ ਦੇਖਿਆ। ਇੱਕ ਚੱਕਾ ਬੜਾ ਟਾਇਰ ਨਿਕਲਣਾ ਵਿੱਚ ਤੇ ਹਾਂਡੀ ਸਾਰੀ ਟੁੱਟ ਕੇ, ਆਹ ਦੇਖੋ ਸਾਰੀਆਂ ਆਹ ਟਾਇਰ ਤਾਂ ਸਮਝ ਲਓ ਲੱਗੇ ਪਿਆ, ਇਹਦਾ ਤਾਂ ਕੋਈ ਰੋਲ ਹੀ ਨਹੀਂ ਰਿਹਾ ਟਰੈਕਟਰ ਗੈਲ। ਬਾਕੀ ਤੁਸੀਂ ਆਹ ਦੇਖ ਲਓ ਜਿਹੜੀ ਹਾਂਡੀ ਗੱਬੇ ਦੇ ਟਰੈਕਟਰ ਪਾੜ ਕੇ ਸਿੱਟਤਾ, ਅੰਦਰ ਵਾਲਾ ਕਰਾਉਨ ਕਰੂਨ ਸਾਰਾ ਦੇਖੋ, ਗੇਅਰ ਗੂਰ ਦਾ ਲਿਫਟ ਟਾਪਾ ਸਾਰਾ ਹੀ ਟੁੱਟ ਗਿਆ, ਭੰਨਤਾ ਦੇਖੋ ਟੁੱਟ ਕੇ ਸਾਰਾ ਫੁੱਟ ਕੇ ਟਰੈਕਟਰ ਬੇਕਾਰ ਹੋ ਗਿਆ। ਇਹ ਜਿਹਾ ਦੇਖੋ ਬ੍ਰੇਕਾਂ ਦਾ ਡਰੰਮ ਜਿਹੜਾ ਮਗਰਾੜ ਦੇ ਨਾਲ ਹੁੰਦਾ ਨਾ ਸਾਈਡ 'ਤੇ, ਉਹ ਵੀ ਦੂਏ ਪਾਸੇ ਨੂੰ ਮੂੰਹ ਕਰਿਆ ਪਿਆ ਉਹਦਾ ਵੀ। ਬਾਕੀ ਮੂਹਰੇ ਦੇਖ ਲਓ ਵੱਜੀ ਛੋ ਆ, ਆਹ ਛੋ ਵੱਜ ਕੇ ਕਾਹੇ ਚੀਜ਼ ਗੱਲ ਇਹ ਨਹੀਂ ਪਤਾ ਵੀ ਕਾਹਦੇ ਗੱਲ ਹੋਇਆ, ਜਾਣੀ ਅਸੀਂ ਤਾਂ ਖੜ੍ਹਾ ਹੀ ਦੇਖਿਆ। ਹੁਣ ਤੁਸੀਂ ਹਿਸਾਬ ਲਾ ਲਓ ਬੰਪਰ ਬੈਂਪਰ ਟਰੈਕਟਰ ਦਾ ਕਿੰਨਾ ਤਕੜਾ ਹੁੰਦਾ, ਬੈਂਪਰ ਵੀ ਬਾਈ ਪਾੜ ਕੇ ਦੂਰਾ ਕਰਕੇ ਸਿੱਟਤਾ, ਰਿੰਮ ਦੇਖ ਲਓ ਮੁਰਲਾ, ਆਹ ਰਿੰਮ ਵਿਚਾਲੇ ਅਤੇ ਹੱਬ 'ਚੋਂ ਪਾੜ ਕੇ ਨਿਕਲਿਆ, ਨਾ ਟਰੇਨ ਟੁੱਟੇ ਨਾ ਹੱਬ ਟੁੱਟੀ ਆ, ਰਿੰਮੇ ਪਾ ਫਟ ਗਿਆ। ਇੰਨੀ ਜ਼ੋਰ ਕਾ ਕਿਸੇ ਚੀਜ਼ ਕਾ ਵੱਜਿਆ, ਟਰੈਕਟਰ ਖਤਮੇ ਕਰਕੇ ਸਿੱਟਤਾ। ਬਾਕੀ ਤੁਹਾਨੂੰ ਇੱਧਰ ਦੇ ਵੀ ਦਿਖਾਉਣਾ, ਦੇਖੋ ਇੱਧਰ ਜਿਹੜਾ ਪਿਛਲਾ ਟਾਇਰ ਆ ਕਿੱਧਰ ਨੂੰ ਘੁਮਾ ਕੇ ਸਿੱਟਤਾ ਬਾਈ, ਹਾਂਡੀ ਉਹ ਪਾੜ ਗਈ ਸਾਰੀ ਉਹ ਗੱਬੇ 'ਤੇ। ਆਹ ਦੇਖੋ ਨਹੀਂ ਟਰੈਕਟਰ ਗੱਬੇ 'ਤੇ ਆਪਾਂ ਖੁੱਲ੍ਹਦੇ ਆਮ ਦੇਖਿਆ ਵੀ ਖੁੱਲ੍ਹਦੇ ਹੁੰਦੇ ਆ, ਪਰ ਇਹ ਟਰੈਕਟਰ ਤਾਂ ਪਾੜੇ ਦਿੱਤਾ, ਜਿਹੜਾ ਲਿਫਟਾਂ ਟਾਪਾ ਪਿਆ ਥੱਲੇ ਪੱਟਿਆ ਪਿਆ ਬਹੁਤ ਬਾਈ, ਘਾਤਕ ਐਕਸੀਡੈਂਟ ਹੋਇਆ ਹੋਇਆ। ਆ ਸੀਟ ਦੇ ਲੋਕ ਕਿੱਧਰ ਨੂੰ ਕਰਤੀ, ਬਹੁਤ ਮਨ ਖਰਾਬ ਹੁੰਦਾ ਬਾਈ ਇਹੋ ਜਿਹੇ ਐਕਸੀਡੈਂਟ ਦੇਖ ਕੇ ਨਾ ਰੋਡਾਂ 'ਤੇ। ਹੈਂ ਭਜਨ ਬਾਈ ਮਾਂ ਦੇਖ ਲਾ, ਬਹੁਤ ਰੱਬ ਦੇ ਰੰਗ ਆ, ਬਹੁਤ ਤਕੜਾ ਐਕਸੀਡੈਂਟ ਹੋਇਆ ਗਿਆ, ਬਹੁਤਾ ਜ਼ਿਆਦਾ ਤਕੜਾ, ਪਾੜਤਾ ਜੀ ਪਾੜਤਾ, ਰਿੰਮ ਦੇਖ ਲਓ ਬਾਈ ਰਿੰਮ ਦਾ ਕਿਆ ਹਾਲ ਕਰਤਾ, ਇਹ ਤਾਂ ਕੋਈ ਚੰਗੀ ਚੀਜ਼ ਵੱਜੀ ਹੋਈ ਆ। ਰਿੰਮ ਦੇਖ ਲਓ ਕਿੰਨਾ ਮਜ਼ਬੂਤ ਹੁੰਦਾ, ਰਿੰਮ ਵੀ ਦੂਰਾ ਕਰਤਾ, ਸਭ ਤੋਂ ਬੜੀ ਗੱਲ ਤਾਂ ਆਹੀ ਵੀ ਟਾਪਾ ਜਮਾਂ ਹੀ ਖਤਮੇ ਕਰਤਾ ਟਰੈਕਟਰ ਭਜਨ ਬਾਈ, ਹਾਂਡੀ ਉਹ ਪਾੜਤੀ, ਜਾਂ ਤਾਂ ਨਟ ਨੁੱਟ ਟੁੱਟ ਜਾਣਾ, ਦੇਖੋ ਹਾਂਡੀ ਉਹ ਬਾਈ ਪਾੜ ਕੇ ਸਿੱਟਤੀ, ਨਟ ਟੁੱਟ ਜਾਣਾ ਬੰਦਾ ਦੁਬਾਰੇ ਲਵਾ ਲੈਂਦਾ, ਬਹੁਤਾ ਤਕੜਾ ਐਕਸੀਡੈਂਟ ਹੋਇਆ। ਹੈਂ ਉਹ ਟਰਾਲੀ ਉਹ ਪਈ ਆ, ਹੈਂ ਟਰਾਲੀ ਦਾ ਟਰੱਕ ਟਰੁੱਕ ਗਏ ਹੋਇਆ ਬਾਈ, ਇਹ MP 'ਚ ਹੋਇਆ ਇਹ ਦੇਖ ਲਓ। ਇਹ ਨਾ ਲੋਕ ਭਜਾਉਂਦੇ ਜ਼ਿਆਦੇ ਆ ਮਾਲ, ਛੋਟੀਆਂ ਛੋਟੀਆਂ ਟਰਾਲੀਆਂ ਭਜਾ ਲੈਂਦੇ ਆ ਜ਼ਿਆਦੇ, ਪਰ ਫਿਰ ਵੀ ਚਲੋ ਮਨ ਨੂੰ ਦੁੱਖ ਦਰਦ ਦੀ ਘਟਨਾ ਇਹ।
ਵੀ ਬਹੁਤ ਜਿਹੜੇ ਬੰਦੇ ਦਾ ਹੋਇਆ ਹੋਣਾ ਉਹਦਾ ਤਾਂ ਬਾਈ ਕਿਆ ਦਿਲ ਹੋਣਾ ਸਾਡਾ, ਦਿਲ ਘਬਰਾ ਗਿਆ ਦੇਖ ਕੇ ਆ ਜੀ। ਤਾਂ ਆਇਲ ਫਿਲਟਰਾਂ ਤੱਕ ਵੀ ਦੇਖ ਲਓ ਪਾੜ ਕੇ ਛਿੜਤਾ ਆਇਲ ਫਿਲਟਰ ਵੀ, ਬਹੁਤ ਮਨ ਖਰਾਬ ਹੁੰਦਾ ਦੇਖ ਕੇ ਚੀਜ਼ਾਂ ਨੂੰ। ਆਹ ਦੇਖ ਲਓ ਐਕਸਲ ਜਿਹੜਾ ਕਰਾਊਨ, ਇੱਕ ਟਾਇਰ ਦਾ ਕਰਾਊਨ ਗਰਾਰੀ ਹੁੰਦੀ ਆ ਉਹ ਵੀ ਬਾਹਰ ਕੱਢ ਕੇ ਛਿੜਦੀ, ਟਾਇਰ ਦਾ ਤਾਂ ਪਾਸਾ ਹੀ ਘੁਮਾ ਕੇ ਛਿੜਤਾ ਇਹਦਾ ਤਾਂ। ਹੈਂ ਲੈ, ਇੰਨਾ ਤਕੜਾ ਐਕਸੀਡੈਂਟ ਹੋਇਆ, ਬਹੁਤ ਗਲਤ ਚੀਜ਼ ਆ ਜਿਹੜੀ ਐਕਸੀਡੈਂਟ ਹੁੰਦੇ ਆ ਭਾਅ ਜੀ ਨਾ ਰੋਡਾਂ 'ਤੇ। ਇਹ ਟਰੈਕਟਰ ਭਜਾਉਂਦੇ ਜ਼ਿਆਦੇ ਆ, ਫਿਰ ਕੰਟਰੋਲ ਹੁੰਦਾ ਨਹੀਂ ਟਰੈਕਟਰ ਹੈ ਨਾ, ਹੈਂ ਭਜਾਉਂਦੇ ਬਹੁਤ ਆ ਬਾਈ। ਹੁਣ ਸਾਨੂੰ ਤਾਂ ਕਿੰਨੇ ਟਾਈਮ ਹੋ ਗਿਆ ਐਮ ਪੀ ਜਾਂਦੇ ਨੇ ਵੀ ਭਜਾਈ ਇਹਨਾਂ ਨੇ ਪੂਰੀ ਕਰਨੀ ਆ ਟਰੈਕਟਰ ਦੀ। ਚਲੋ ਜਣੀ ਆਹ ਤਾਂ ਬਾਈ ਗਲਤ ਹੋਇਆ ਬਹੁਤ, ਜਿਹੜਾ ਵੀ ਹੋਇਆ ਕਿਸਾਨ ਦਾ ਇੰਨਾ ਨੁਕਸਾਨ। ਆਹ ਡਰਾਈਵਰ ਲਿੰਕ ਦੇਖ ਲਓ ਤੁਸੀਂ, ਇਹ ਵੀ ਤੋੜਤੀ ਗੱਬੇ 'ਤੇ। ਆਹ ਦੇਖ ਲਓ ਡਰਾਈਵਰ ਲਿੰਕ ਆ, ਟੁੱਟੀ ਪਈ ਆ, ਟਰੈਕਟਰ ਜਮ੍ਹਾਂ ਹੀ ਖਤਮ ਹੋ ਗਿਆ। ਬਾਕੀ ਤੁਸੀਂ ਗੇਅਰ ਦੇਖ ਲਓ ਵਿੱਚ, ਤਾਂ ਬਹੁਤਾ ਜ਼ਿਆਦਾ ਨੁਕਸਾਨ ਹੋਇਆ ਆਪਣਾ ਕਿਸਾਨ ਵੀਰ ਦਾ ਕਿਸੇ ਦਾ। ਬਾਕੀ ਬੈਟਰੀ ਬੂੰਟਰੀ ਤਾਰ ਕੇ ਲੈ ਗਿਆ ਹੋਣਾ ਕੋਈ ਹੈ ਨਾ ਭਜਨ ਬਾਈ, ਇੱਥੇ ਨਹੀਂ ਛੱਡਦੇ, ਇੱਧਰ ਨਹੀਂ ਕੋਈ ਵੀ ਛੱਡਦਾ, ਇੱਧਰ ਜਰੇ ਚੱਕ ਕੇ ਲੈ ਜਾਣਾ। ਬੰਪਰ ਦੇਖ ਲਓ ਕਿੱਧਰ ਨੂੰ, ਆਹ ਸਿੱਧਾ ਪਾਸਾ ਇਹਦਾ ਆ, ਇਹ ਇੱਧਰ ਨੂੰ ਕਰਕੇ ਸਿੱਟਦਾ ਬੰਪਰ ਵੀ। ਚੰਗੀ ਚੀਜ਼ ਕਾ ਗੱਡੀ ਗੁੱਡੀ ਕਾ ਫਸਿਆ ਕਿਸੇ ਗੱਲ ਇਹ, ਹੈਂ ਵੱਜੀ ਛੋਏ ਆ, ਬਸ ਵੱਜੀ ਆ ਛੋਏ ਆ, ਆਹ ਸਾਈਡ ਆਹ ਸਾਈਡੇ ਵੱਜੀ ਹੋਈ ਆ, ਉਹੀ ਸਾਈਡ ਦਾ ਮਗਲਾ ਟਾਇਰ ਆ, ਉਹੀ ਸਾਈਡ ਦਾ ਮੁਰਲਾ, ਪਰਲੇ ਪਾਸੇ ਸਾਰਾ ਕੁਛ ਸਹੀ ਆ, ਟਰਾਲੀ ਦਾ ਵੀ ਉਹੀ ਸਾਈਡ ਆ। ਆਹ ਦੇਖ ਲਓ, ਬਾਕੀ ਤੁਹਾਨੂੰ ਟਰਾਲੀ ਵੀ ਦਿਖਾ ਦਿੰਦੇ, ਕਣਕ ਦੀ ਭਰੀ ਹੋਈ ਟਰਾਲੀ ਦੀ ਏ, ਅੱਗੇ ਆ ਖਾਨੀਆਂ ਦੇਖ ਲਓ। ਇੱਧਰ ਆਹ ਐਮ ਪੀ ਦੀ ਕਣਕ ਆ ਬਾਈ, ਦੇਖੋ ਕਿੰਨੀ ਸਾਫ਼, ਚਿੱਟੇ ਪਏ ਆ ਦਾਣੇ ਦੁੱਧ ਮੰਗਣਾ, ਹੈਂ ਹੋਰ ਕਿਆ। ਟਰੈਕਟਰ ਦਾ ਨੁਕਸਾਨ ਜਿਹੜਾ ਹੋ ਹੀ ਹੋਇਆ, ਇਹਦਾ ਵੀ ਬਹੁਤ, ਕਣਕ ਦਾ ਵੀ ਹੋ ਗਿਆ ਵਿਚਾਰੇ ਦਾ ਬਹੁਤ। ਬੱਲਾ 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 ਬੱਲਾ, ਟਰਾਲੀ ਬਾਈ ਵਿੰਗੀ ਕਰੀ ਪਈ ਆ, ਇਹ ਜ਼ਿਆਦਾ ਇਹ ਆਹ ਸਾਈਡ 'ਤੇ ਗਿਆ, ਪਰ ਉੱਪਰ ਕਣਕ ਉੱਧਰ ਰੁੱਲੀ ਹੋਈ ਆ, ਸਹੀ ਗੱਲ ਆ ਤੇਰੀ, ਰੋਂਗ ਸਾਈਡ ਹੋਊਗਾ ਜਾਂ ਇਹ, ਹਾਂ ਰੋਂਗ ਸਾਈਡ ਹੋਊਗਾ ਇਹ ਟਰੈਕਟਰ। ਟਰਾਲੀ ਦੀ ਦੇਖ ਲਓ ਬਾਈ, ਪਾੜ ਕੇ ਸਿੱਟਦੀ ਟਰਾਲੀ ਵੀ, ਮਹਾਰਾਜ ਬੰਦੇ ਨੂੰ ਸੁੱਖ ਸ਼ਾਂਤੀ ਰੱਖੇ। ਮਸ਼ੀਨਰੀ ਦਾ ਤਾਂ ਕੋਈ ਚੱਕਰ ਨਹੀਂ ਬਾਈ, ਮਸ਼ੀਨਰੀ ਤਾਂ ਦੁਬਾਰੇ ਫੇਰ ਬਣ ਜਾਂਦੀ ਆ ਬਾਈ। ਅੱਜ ਕੱਲ੍ਹ ਆ ਜਿਹੜੇ ਐਕਸੀਡੈਂਟ ਹੋਣ ਦੇ ਕਾਰਨ, ਇੱਕ ਤਾਂ ਆ ਗਏ ਆ ਗਊ ਮਾਤਾ ਬਹੁਤ ਜ਼ਿਆਦਾ ਐਸੀ ਰੋਡ 'ਤੇ, ਇੰਨੀ ਜ਼ਿਆਦਾ ਫਿਰ ਰਹੀ ਆ, ਦੇਖੋ ਆ ਰੋਡ ਬੜਾ ਰੋਡ ਆ ਇਹ ਵੀ, ਆ ਚੱਲ ਗਈ ਵਿੱਚ ਉਹ ਮੋਟਰਸਾਈਕਲ ਵਾਲੀ ਭਜਾਈ ਆਉਂਦਾ, ਇਹ ਥੋੜ੍ਹਾ ਜਿਹਾ ਐਕਸੀਡੈਂਟ ਦੇ ਕਾਰਨ ਜ਼ਿਆਦਾ ਆ। ਬਾਕੀ ਨੁਕਸਾਨ ਬਹੁਤਾ ਜ਼ਿਆਦਾ ਹੋ ਗਿਆ, ਚਲੋ ਮਹਾਰਾਜ ਨੂੰ ਜੋ ਮਨਜ਼ੂਰ ਆ ਉਹੀ ਹੋਣਾ। ਚਲੋ ਠੀਕ ਹੈ ਬਾਈ, ਅੱਜ ਦੀ ਵੀਡੀਓ ਬਣੀ ਇੱਥੇ ਤੱਕ ਦੀ।